ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਲਗਭਗ 54 ਸਾਲ ਪਹਿਲਾਂ ਸਨ 1415 ਈਸਵੀ ਨੂੰ ਭਗਤ ਧੰਨਾ ਜੀ ਦਾ ਜਨਮ ਨਗਰ ਤੁਆਨ ਨੇੜੇ ਮੁੰਬਈ ਇੱਕ ਜੱਟ ਘਰਾਣੇ ਵਿੱਚ ਹੋਇਆ। ਧੰਨਾ ਜੀ ਦਾ ਪਿਛੋਕੜ ਪਿੰਡ ਡਿੱਗੀ ਕਿਸ਼ਨਗੜ੍ਹ ਜੈਪੁਰ ਰਾਜਸਥਾਨ ਦੱਸਿਆ ਜਾਂਦਾ ਹੈ। ਜੱਟ ਜ਼ਿਮੀਦਾਰ ਹੋਣ ਕਰਕੇ ਭਗਤ ਧੰਨਾ ਜੀ ਦਾ ਬਚਪਨ ਤੋਂ ਹੀ ਸੁਭਾਅ ਬੜਾ ਖੁੱਲ੍ਹਾ ਸੀ। ਧੰਨਾ ਜੀ ਛੋਟੀ ਉਮਰੇ ਖੇਤਾਂ ਵਿੱਚ ਗਊਆਂ ਚਾਰਨ ਜਾਂਦੇ ਸਨ। ਪਿੰਡ ਦੇ ਬਾਹਰਵਾਰ ਇੱਕ ਮੰਦਰ ਸੀ। ਮੰਦਰ ਦਾ ਪੁਜਾਰੀ ਬ੍ਰਾਹਮਣ ਵਿਸ਼ੇਸ਼ ਪੱਥਰਾਂ ਦੀ ਪੂਜਾ ਕਰਿਆ ਕਰਦਾ ਸੀ ਅਤੇ ਧੰਨਾ ਗਊਆਂ ਚਾਰਦੇ ਹੋਏ ਹਰ ਰੋਜ਼ ਬ੍ਰਾਹਮਣ ਨੂੰ ਪੱਥਰ ਰੂਪੀ ਠਾਕੁਰਾਂ ਦੀ ਪੂਜਾ ਕਰਦੇ ਹੋਏ ਵੇਖਦਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਧੰਨਾ ਜੀ ਨੇ ਪ੍ਰਭਾਵਿਤ ਹੋ ਕੇ ਇੱਕ ਦਿਨ ਬ੍ਰਾਹਮਣ ਨੂੰ ਪੁੱਛ ਹੀ ਲਿਆ। ਆਖਣ ਲੱਗਾ, ਪੰਡਿਤ ਜੀ ਇਹ ਕੀ ਕਰ ਰਹੇ ਹੋ? ਤਾਂ ਪੁਜਾਰੀ ਨੇ ਉੱਤਰ ਦਿੱਤਾ, ਇਹ ਠਾਕੁਰ ਭਾਵ ਪ੍ਰਭੂ ਜੀ ਦੀ ਸੇਵਾ ਹੈ। ਜੋ ਇਸ ਤਰ੍ਹਾਂ ਸੇਵਾ ਕਰਦਾ ਹੈ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਠਾਕੁਰ ਨੂੰ ਭੋਗ ਲਗਾ ਕੇ ਭੋਜਨ ਕਰਨ ਨਾਲ ਠਾਕੁਰ ਖੁਸ਼ ਹੋ ਜਾਂਦੇ ਹਨ। ਭੋਲੇ ਭਾਲੇ ਜੱਟ ਜ਼ਿਮੀਦਾਰ ਧੰਨੇ ਨੇ ਬ੍ਰਾਹਮਣ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਵੀ ਇੱਕ ਠਾਕੁਰ ਦੇ ਦਿਓ। ਪਹਿਲਾਂ ਤਾਂ ਬ੍ਰਾਹਮਣ ਨੇ ਨਾ ਨੁੱਕਰ ਕੀਤੀ ਤੇ ਫਿਰ ਜਿੱਦ ਕਰਨ ਉੱਤੇ ਪਿੱਛਾ ਛੁਡਾਉਣ ਲਈ ਪੰਡਿਤ ਨੇ ਇੱਕ ਪੱਥਰ ਧੰਨਾ ਜੀ ਨੂੰ ਦੇ ਹੀ ਦਿੱਤਾ। ਘਰ ਜਾ ਕੇ ਧੰਨੇ ਨੇ ਪੱਥਰ ਰੂਪੀ ਠਾਕੁਰ ਨੂੰ ਇਸ਼ਨਾਨ ਕਰਵਾਇਆ ਅਤੇ ਲੱਸੀ ਮੱਖਣ ਤੇ ਰੋਟੀ ਅੱਗੇ ਰੱਖ ਕੇ ਭੋਗ ਲਗਵਾਉਣ ਲਈ ਆਖਣ ਲੱਗਾ, ਪਰੰਤੂ ਠਾਕੁਰ ਰੋਟੀ ਨਾ ਖਾਵੇ। ਧੰਨਾ ਬਾਰ ਬਾਰ ਹੱਥ ਜੋੜੇ ਤੇ ਮਨਾਵੇ। ਅਖੀਰ ਧੰਨੇ ਨੇ ਸੌਂ ਖਾ ਲਈ, ਜੇਕਰ ਠਾਕੁਰ ਜੀ ਤੁਸੀਂ ਇਹ ਨਹੀਂ ਖਾਵੋਗੇ ਤਾਂ ਮੈਂ ਵੀ ਨਹੀਂ ਖਾਵਾਂਗਾ। ਧੰਨੇ ਜੱਟ ਦਾ ਪ੍ਰਣ ਵੇਖ ਕੇ ਪ੍ਰਭੂ ਜੀ ਪ੍ਰਗਟ ਹੋਏ ਤੇ ਭੋਗ ਲਾ ਲਿਆ। ਦਰਸ਼ਨ ਕਰਕੇ ਧੰਨਾ ਨਿਹਾਲ ਹੋ ਗਿਆ। ਮਨ ਸਾਫ ਭੋਲਾ ਭਾਲਾ ਜੱਟ ਹੋਣ ਕਰਕੇ ਆਪਣੀ ਪੂਰਨ ਸ਼ਰਧਾ ਅਤੇ ਵਿਸ਼ਵਾਸ ਰਾਹੀਂ ਧੰਨੇ ਨੇ ਪ੍ਰਭੂ ਨੂੰ ਪੱਥਰ ਵਿੱਚੋਂ ਪਾ ਲਿਆ। ਇਸ ਤਰ੍ਹਾਂ ਕੀਤੀ ਭਗਤੀ ਭਾਵ ਦਾ ਵਰਣਨ ਭਾਈ ਗੁਰਦਾਸ ਜੀ ਨੇ ਵਾਰ 10ਵੀਂ ਪੌੜੀ 13ਵੀਂ ਵਿੱਚ ਧੰਨਾ ਦੇ ਬ੍ਰਾਹਮਣ ਦੇ ਰੂਪ ਵਿੱਚ ਕੀਤਾ ਹੈ। ਪ੍ਰਭੂ ਦੇ ਦਰਸ਼ਨ ਕਰਕੇ ਧੰਨਾ ਬਹੁਤ ਖੁਸ਼ ਹੋਇਆ। ਭੋਜਨ ਖਾ ਕੇ ਭਗਵਾਨ ਜੀ ਬੋਲੇ, ਧੰਨਿਆ ਕੁਝ ਮੰਗ, ਮੈਂ ਤੇਰੇ ਤੇ ਖੁਸ਼ ਹਾਂ, ਮੰਗ ਕੀ ਮੰਗਣਾ ਹੈ? ਤਾਂ ਹੱਥ ਜੋੜ ਕੇ ਆਪਣੀ ਆਤਰਤਾ ਦੱਸਦੇ ਹੋਏ ਧੰਨਾ ਜੀ ਨੇ ਬਾਣੀ ਰਾਹੀਂ ਬੇਨਤੀ ਕੀਤੀ, ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਧਨੀਆ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਉ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੈਵੇ ਮੰਗੀ। ਸੁਨਿਆ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ ਜੀ, ਗਉ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਵਾਹਿਗੁਰੂ ਘਰ ਕੀ ਗੀਹਨ ਚੰਗੀ ਜੀ, ਜਨ ਧੰਨਾ ਲੈਵੇ ਮੰਗੀ। ਪ੍ਰਭੂ ਦੀ ਕਿਰਪਾ ਨਾਲ ਥੋੜੇ ਸਮੇਂ ਅੰਦਰ ਹੀ ਧੰਨੇ ਦਾ ਵਿਆਹ ਹੋ ਗਿਆ। ਉਸ ਦੀ ਬੰਜਰ ਜ਼ਮੀਨ ਵਿੱਚ ਵੀ ਅਨਾਜ ਪੈਦਾ ਹੋਣ ਲੱਗ ਪਿਆ। ਧੰਨਾ ਜੀ ਦੀ ਹਰ ਮਨੋਕਾਮਨਾ ਪੂਰੀ ਹੋਣ ਲੱਗ ਪਈ। ਇਤਿਹਾਸਕਾਰ ਲਿਖਦੇ ਹਨ ਕਿ ਧੰਨਾ ਭਗਵਾਨ ਦੇ ਗੁਣ ਗਾਇਨ ਕਰਨ ਲੱਗ ਪਿਆ ਤੇ ਲੋਕ ਧੰਨੇ ਦੇ ਗੁਣ ਗਾਉਣ ਲੱਗੇ ਤੇ ਕਹਿਣ ਲੱਗੇ ਕਿ ਧੰਨਾ ਭਗਤ ਹੋ ਗਿਆ ਹੈ। ਲੋਕ ਧੰਨੇ ਭਗਤ ਦੇ ਦਰਸ਼ਨ ਕਰਕੇ ਨਿਹਾਲ ਹੋਣ ਲੱਗ ਪਏ। ਕਿਸੇ ਨੇ ਧੰਨਾ ਜੀ ਨੂੰ ਕਿਹਾ ਕਿ ਭਾਵੇਂ ਭਗਵਾਨ ਤੇਰੇ ਸਾਰੇ ਕਾਰਜ ਸਵਾਰਦਾ ਹੈ ਤਾਂ ਵੀ ਤੈਨੂੰ ਗੁਰੂ ਧਾਰਨ ਕਰਨਾ ਚਾਹੀਦਾ ਹੈ, ਕਿਉਂਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਤਾਂ ਫਿਰ ਧੰਨਾ ਜੀ ਨੇ ਸਵਾਮੀ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਤੇ ਧਰਮ ਦੀ ਕਿਰਤ ਕਰਦਾ ਹੋਇਆ ਰਾਮ ਨਾਮ ਦੇ ਸਿਮਰਨ ਵਿੱਚ ਮਸਤ ਰਹਿਣ ਲੱਗਾ। ਪ੍ਰਸਿੱਧ ਇਤਿਹਾਸਕਾਰ ਗਿਆਨੀ ਗੁਰਦਿੱਤ ਸਿੰਘ ਜੀ ਨੇ ਭਗਤ ਧੰਨਾ ਜੀ ਨੂੰ ਭਗਤ ਕਬੀਰ ਜੀ ਦੇ ਸਮਕਾਲੀ ਹੋਣ ਬਾਰੇ ਲਿਖਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਧੰਨਾ ਜੀ ਦੀ ਬਾਣੀ ਦੇ ਨਾਂ ਦੇ ਰਾਗ ਆਸਾ ਵਿੱਚ 3 ਸ਼ਬਦ ਹਨ ਤੇ ਚੌਥਾ ਸ਼ਬਦ ਤਨਾਸਰੀ ਰਾਗ ਵਿੱਚ ਆਰਤਾ ਹੈ। ਭਗਤ ਧੰਨਾ ਜੀ ਆਪਣੀ ਬਾਣੀ ਵਿੱਚ ਦੱਸਦੇ ਹਨ ਕਿ ਉਹਨਾਂ ਨੂੰ ਪਰਮ ਦਿਆ ਜਮਾਨੇ ਬੀਤ ਗਏ ਤੇ ਜੋ ਗੁਜ਼ਰ ਗਏ, ਪਰੰਤੂ ਮਨ ਨੂੰ ਧੀਰਜ ਨਹੀਂ ਮਿਲੀ ਅਤੇ ਸਾਰੀ ਧਰਤੀ ਦੀ ਧਰੋਹਰ ਪਰਮਾਤਮਾ ਵਿੱਚ ਲੀਨਤਾ ਨਾਲ ਇਹ ਧਨ ਪ੍ਰਾਪਤ ਹੋਇਆ ਹੈ। ਜੋਤ ਸਮਾਏ ਸਮਾਨੀ ਜਾ ਕੇ ਅਛਲੀ ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ।